ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਨੌਜਵਾਨ ਦੇ ਉੱਤੇ ਕੁਝ ਬਦਮਾਸ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ। ਤੇਜ਼ ਧਾਰ ਹਥਿਆਰਾਂ ਦੇ ਨਾਲ ਉਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਦੇ ਕਾਰਨ ਉਕਤ ਨੌਜਵਾਨ ਦੀ ਮੌਤ ਹੋ ਗਈ ਹੈ। ਤਾਂ ਹਸਪਤਾਲ ਦੇ ਵਿੱਚ ਜਾ ਕੇ ਇਲਾਜ ਦੇ ਦੌਰਾਨ ਉਸ ਨੌਜਵਾਨ ਨੇ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਇੱਕ ਨੌਜਵਾਨ ਦੇ ਉੱਤੇ ਕੁਝ ਬਦਮਾਸ਼ਾਂ ਦੇ ਵੱਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਹਮਲਾ ਕੀਤਾ ਗਿਆ ਸੀ। ਹਾਲਾਂਕਿ ਹਮਲਾ ਵੀ ਉਸਦੇ ਘਰ ਦੇ ਕੋਲ ਕੀਤਾ ਗਿਆ, ਜਦੋਂ ਉਹ ਨੌਜਵਾਨ ਇਕੱਲਾ ਹੀ ਘਰ ਦੇ ਬਾਹਰ ਖੜਾ ਸੀ। ਤਾਂ ਇਸ ਦੌਰਾਨ ਕੁਝ ਬਦਮਾਸ਼ ਆਉਂਦੇ ਨੇ ਅਤੇ ਆਉਂਦੇ ਸਾਰ ਹੀ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਮੌਕੇ 'ਤੇ ਹੀ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ, ਪਰ ਜਦੋਂ ਤੱਕ ਉੱਥੇ ਪੁਲਿਸ ਆਉਂਦੀ ਉਦੋਂ ਤੱਕ ਜੋ ਬਦਮਾਸ਼ ਸੀ, ਜੋ ਹਮਲਾਵਰ ਸੀ, ਉਹ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਆਨੰਦ ਫਾਨੰਦ ਦੇ ਵਿੱਚ ਜੋ ਜ਼ਖਮੀ ਨੌਜਵਾਨ ਸੀ, ਉਸਨੂੰ ਮੌਕੇ ਦੇ ਉੱਤੇ ਹੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਤਾਂ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ। ਤਾਂ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ, ਜਿੱਥੇ ਕਿ ਬੇਖੌਫ ਹੋਏ ਬਦਮਾਸ਼ਾਂ ਦੇ ਵੱਲੋਂ ਸ਼ਰੇਆਮ ਇੱਕ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ। ਤੇਜ਼ ਧਾਰ ਹਥਿਆਰਾਂ ਦੇ ਨਾਲ ਇਹ ਬਦਮਾਸ਼ ਲੈਸ ਹੋ ਕੇ ਆਏ ਸੀ ਅਤੇ ਇਲਾਜ ਦੇ ਦੌਰਾਨ ਜ਼ਖਮੀ ਨੌਜਵਾਨ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪੁਰਾਣੀ ਰੰਜਿਸ਼ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਇਹ ਹਮਲਾ ਕੀਤਾ ਗਿਆ। ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ, ਪਰ ਫਿਲਹਾਲ ਹਾਲੇ ਜੋ ਹਮਲਾਵਰ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਨੇ। ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਉਕਤ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮਾਮਲਾ ਕਿਹੜਾ ਅੱਜ ਇੱਥੇ ਹੋਇਆ? ਮੌਕੇ 'ਤੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਦੋ ਪਾਰਟੀਆਂ ਆਪਸ ਵਿੱਚ ਬਹਾਤਰ ਦੂਤਰ ਚਲਾਏ ਇਹਨਾਂ ਨੇ, ਲੜੀਆਂ ਨੇ। ਇੱਥੇ ਮਨਵਾਲ ਆਏ ਹਾਂ, ਦੇਖਿਆ ਕਿ ਖੂਨ ਕਾਫੀ ਡੁੱਲਾ ਪਿਆ ਸੀਗਾ। ਮੌਕੇ ਤੋਂ ਹੋਸਪਿਟਲ ਲੈ ਗਏ ਆ ਮੁੰਡਾ ਪੰਕੂ ਨੂੰ, ਜੋ ਵੀ ਸੱਟ ਵਗੈਰਾ ਲੱਗੀ ਹੈ। ਜਾਂਚ ਜਾਰੀ ਹੈ, ਬਾਕੀ ਪਤਾ ਕਰਕੇ ਤੁਹਾਨੂੰ ਅਗਲੀ ਇਨਫੋਰਮੇਸ਼ਨ ਦੇ ਦਾਂਗੇ। ਸਰ ਕਿੰਨੇ ਰੋਪੀ ਸੀ ਤੁਹਾਨੂੰ? ਅਜੇ ਜਿਹੜੇ ਫਸਟ ਇਨਫੋਰਮੇਸ਼ਨ ਮਿਲੀ ਹੈ, ਕੋਈ ਚਾਰ ਜਾਂ ਪੰਜ ਬੰਦੇ ਦੱਸਦੇ ਨੇ। ਇੱਕ ਬੰਨੇ ਦੋ ਜਾਂ ਤਿੰਨ ਸੀਗੇ, ਉਹ ਕਲੀਅਰ ਕਰ ਰਹੇ ਹਾਂ, ਵੈਰੀਫਾਈ ਕਰਕੇ ਦੱਸਦਾ। ਸਰ ਕੀ ਸਿਚੁਏਸ਼ਨ ਹੈ ਜਿਹਦੇ 'ਚ? ਸਿਚੁਏਸ਼ਨ ਨੂੰ ਪਤਾ ਕਰ ਰਹੇ ਹਾਂ, ਜੇ ਮੌਕੇ 'ਤੇ ਆਏ ਹਾਂ ਹੋਸਪਿਟਲ ਜਾ ਕੇ ਪਤਾ ਲੈਂਦੇ ਹਾਂ, ਬਿਆਨ ਲਿਖ ਕੇ ਜੋ ਵੀ ਬਣਦੀ ਕਾਰਵਾਈ ਅਗਲੀ ਉਹ ਉਹਦੇ ਮੁਤਾਬਕ ਜਿਹੜਾ ਪਰਚਾ ਦਰਜ ਕਰਕੇ ਅਤੇ ਦੋਸ਼ੀਆਂ ਨੂੰ ਅਰੈਸਟ ਕਰ ਲਾਂਗੇ। ਇੱਕ ਪੇਸ਼ੈਂਟ ਆਇਆ ਸੀਗਾ ਪੰਕਜ ਨਾਮ ਦਾ, ਨਾ ਅਤੇ ਕਾਫੀ ਬੰਦੇ ਸੀਗੇ ਉਹਨਾਂ ਦੇ ਨਾਲ। ਗੱਲ ਇਹ ਸੀਗੀ ਕਿ ਕੋਈ ਉਹਨਾਂ ਦੇ ਅਟੈਂਡੈਂਟ ਦੱਸ ਰਹੇ ਸੀਗੇ ਕਿ ਲੜਾਈ ਝਗੜੇ ਦਾ ਕੇਸ ਸੀਗਾ ਅਤੇ ਉਹ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸੀਗੀਆਂ, ਸਿਰ 'ਤੇ, ਲੱਤਾਂ 'ਤੇ, ਬਾਹਾਂ 'ਤੇ, ਲਗਭਗ ਹਰ ਅੰਗ 'ਤੇ ਸੱਟ ਲੱਗੀ ਹੋਈ ਸੀਗੀ। ਇਹ ਕਾਫੀ ਗੰਭੀਰ ਹਾਲਤ ਦੇ ਵਿੱਚ ਸੀਗਾ ਔਰ ਉਹਦਾ ਟ੍ਰੀਟਮੈਂਟ ਕਰਦੇ ਦੌਰਾਨ ਹੀ ਵਿਦਇਨ 5 ਤੋਂ 10 ਮਿੰਟ ਉਹ ਐਕਸਪਾਇਰ ਕਰ ਗਿਆ। ਫਿਲਹਾਲ ਤਾਂ ਉਹਦੇ ਕਾਫੀ ਸਿਰ ਦੇ ਵਿੱਚ ਡੂੰਘੀਆਂ ਸੱਟਾਂ ਸੀਗੀਆਂ ਅਤੇ ਬਾਕੀ ਉਹਦਾ ਪੋਸਟਮਾਰਟਮ ਦੇ ਬਾਅਦ ਹੀ ਸਹੀ ਪਤਾ ਲੱਗ ਪਾਏਗਾ ਕਿ ਕਿਸ ਕਾਰਨ ਡੈਥ ਹੋਈ। ਫਿਲਹਾਲ ਡਿਸਕਲੋਜ਼ ਨਹੀਂ।